हे फ्रेंड्स वेलकम टू माय चैनल ਜਿਸ ਦਾ ਨਾਮ ਹੈ ਸਿੰਮਰਨ ਪੰਜਾਬੀ ਇਹ ਚੈਨਲ ਮੈਂ ਖਾਸ ਤੌਰ ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਹੈ ਜੋ 20 ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ ਇੱਥੇ ਮੈਂ ਤੁਹਾਨੂੰ ਡਿਫਰੈਂਟ ਆਈਟੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ ਸੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਰਨਾ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਨਾਲ ਦੇ ਨਾਲ ਤੁਸੀਂ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਇਸ ਤੋਂ ਇਲਾਵਾ ਤੁਸੀਂ ਮੈਨੂੰ ਅਨ ਅਕੈਡਮੀ ਲਰਨਿੰਗ ਪਲੇਟਫਾਰਮ ਉੱ ਸਕਦੇ ਹੋ ਤੇ ਉਥੇ ਲਾਈਵ ਕਲਾਸਾਂ ਚੱਲਦੀਆਂ ਪਈਆਂ ਨੇ ਫ੍ਰੀ ਤੇ 1 ਘੰਟੇ ਦੀ ਕਲਾਸ ਹੁੰਦੀ ਹੈ ਤੁਸੀਂ ਆਪਣੇ ਕੁਐਸਚਨ ਆਨਸਰ ਵੀ ਉਸ ਟਾਈਮ ਤੇ ਪੁੱਛ ਸਕਦੇ ਹੋ ਤੇ ਕਲਾਸ ਜ਼ਰੂਰ ਉੱਥੇ ਜਾ ਕੇ ਜੁਆਇਨ ਕਰਿਆ ਕਰੋ ਤੇ ਤੁਸੀਂ ਮੈਨੂੰ ਟੈਲੀਗ੍ਰam ਚੈਨਲ ਦੇ ਉੱਤੇ ਜਾ ਕੇ ਵੀ ਫੋਲੋ ਕਰੋ ਕਾਫੀ ਜ਼ਿਆਦਾ ਉੱਥੇ ਪੀਡੀਐਫ ਵਗੈਰਾ ਵੀ ਸੈਂਡ ਕਰਦੀ ਪਈਆਂ ਸੋ ਜ਼ਰੂਰ ਦੇਖੋ ਟੌਪਿਕ ਸਾਡਾ ਜਿਹੜਾ ਹੈਗਾ ਵਾ ਅਸੀਂ ਕਰਨ ਜਾ ਰਹੇ ਹਾਂ ਅਰਥ ਵਿਕਾਸ ਦੀਆਂ ਜਿਹੜੀਆਂ ਦਿਸ਼ਾਵਾਂ ਉਹਨਾਂ ਬਾਰੇ ਅਸੀਂ ਪੜਨ ਜਾ ਰਹੇ ਹਾਂ ਹੁਣ ਅਰਥ ਵਿਕਾਸ ਦੀਆਂ ਜਿਹਨੀਆਂ ਦਿਸ਼ਾਵਾਂ ਐ ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਅਰਥ ਵਿਕਾਸ ਜਿਹੜਾ ਹੈਗਾ ਵਾ ਉਪਾਸ਼ਾ ਵਿਗਿਆਨ ਦੀ ਮਿੰਟ ਅਰਥ ਵਿਕਾਸ ਭਾਸ਼ਾ ਵਿਗਿਆਨ ਦੀ ਇੱਕ ਮਹੱਤਵਪੂਰਨ ਸ਼ਾਖਾ ਮੰਨੀ ਜਾਂਦੀ ਹੈ ਭਾਸ਼ਾ ਦੇ ਖੇਤਰ ਵਿੱਚ ਸ਼ਬਦ ਵਿੱਚ ਪਰिवर्तन ਆਉਂਦਾ ਰਹਿੰਦਾ ਹੈ ਇਸ ਦਾ ਧਿਆਨ ਅਰਥ ਵਿਗਿਆਨ ਦੇ ਵਿੱਚ ਹੀ ਕੀਤਾ ਜਾਂਦਾ ਹੈ ਇਸ ਦਿਨ ਹੇ ਲਿਖਿਆ ਅਗੋ ਦਿਸ਼ਾਵਾ ਮੰਨਿਆ ਜਾਂਦਾ ਹੈ ਕਿ ਅਰਥ ਵਿਕਾਸ ਜਿਹੜਾ ਸਾਡਾ ਅਰਥ ਹੁੰਦਾ ਵਾ ਉਸ ਦਾ ਹੌਲੀ ਹੌਲੀ ਜਿਹੜਾ ਵਿਕਾਸ ਹੁੰਦਾ ਹੈ ਉਹ ਕਿਸ ਦਿਸ਼ਾ ਦੇ ਵਿੱਚ ਜਾ ਕੇ ਹੁੰਦਾ ਹੈ ਕਿ ਕਿਸ ਤਰ੍ਹਾਂ ਹੁੰਦਾ ਹੈ ਉਸ ਦਾ ਵਿਕਾਸ ਸ਼ਬਦਾਂ ਦੇ ਵਿੱਚ ਪਰिवर्तन ਕਿਸ ਤਰ੍ਹਾਂ ਆਉਂਦੇ ਨੇ ਕਿ ਕੁਝ ਸ਼ਬਦ ਹੁੰਦੇ ਨੇ ਜਿਹੜੇ ਇੱਕ ਤਰੀਕੇ ਨਾਲ ਉਹ ਬੋਲੇ ਜਾਂਦੇ ਨੇ ਤਾਂ ਅਗਰ ਉਹਨਾਂ ਦਾ ਦੂਸਰੇ ਤਰੀਕੇ ਦੇ ਨਾਲ ਅਗਰ ਸਮਝੋ ਤਾਂ ਉਸ ਦੇ ਅਰਥ ਹੋ ਨਿਕਲਦੇ ਨੇ ਤਾਂ ਇਹ ਇਸ ਦੇ ਵਿੱਚ ਸਮਝਿਆ ਜਾਂਦਾ ਹੈ ਕਿ ਸ਼ਬਦ ਕਿਸ ਤਰ੍ਹਾਂ ਪਰਿਵਰਤਨ ਹੋਏ ਨੇ ਅਰਥ ਵਿਸਤਾਰ ਇਸ ਦਾ ਫਸਟ অপਸ਼ਨ ਇਸ ਦੇ ਵਿੱਚ ਆਉਂਦੀ ਹੈ ਕਿ ਜਦੋਂ ਕੋਈ ਅਰਥ ਆਪਣੇ ਖੇਤਰ ਤੋਂ ਬਾਹਰ ਨਿਕਲ ਕੇ ਹੋਰ ਦੂਜੇ ਖੇਤਰ ਸ਼ਾਮਿਲ ਕਰ ਲੈਂਦਾ ਹੈ ਤਾਂ ਅਰਥ ਦਾ ਵਿਸਤਾਰ ਇਸ ਦੇ ਵਿੱਚ ਮੰਨਿਆ ਜਾਂਦਾ ਹੈ ਜਿਵੇਂ ਹੁਣ ਇੱਥੇ ਦੱਸਿਆ ਹੈ ਰੁਪਿਆ ਜਿਹੜਾ ਹੈਗਾ ਵਾ ਉਹ ਇੱਥੇ ਦੱਸਿਆ ਚਾਂਦੀ ਤੇ ਕਿਸੇ ਹੋਰ ਧਾਤੂ ਤੋਂ ਬਣਿਆ ਸਿੱਕਾ ਹੈ ਪਰ ਅੱਜਕਲ ਇਸ ਦੀ ਵਰਤੋਂ ਅਸੀਂ ਕਿਸ ਤੇ ਵਾਸਤੇ ਕਰਦੇ ਹਾਂ ਧਨ ਸੰਪਤੀ ਲਈ ਕੀਤਾ ਜਾਂਦਾ ਹੈ ਕਿ ਅਰਥ ਦਾ ਵਿਕਾਸ ਹੋ ਗਿਆ ਫਸਟ ਅਸੀਂ ਜਿਹੜਾ ਰੁਪਈਆ ਯੂਜ਼ ਕਰਦੇ ਸੀ ਵਰਡ ਉਹ ਜ਼ਿਆਦਾਤਰ ਅਸੀਂ ਚਾਂਦੀ ਜਾਂ ਫਿਰ ਕਿਸੇ ਹੋਰ ਧਾਤੂ ਜਿਹੜਾ ਬਣਿਆ ਹੁੰਦਾ ਸੀ ਸਿੱਕਾ ਉਸ ਤੇ ਵਾਸਤੇ ਕਰਦੇ ਸੀ ਪਰ ਅੱਜਕਲ ਅਗਰ ਅਸੀਂ ਰੁਪਇਆ ਯੂਜ਼ ਕਰਦੇ ਹਾਂ ਧਨ ਦੇ ਵਾਸਤੇ ਜਾਂ ਫਿਰ ਸੰਪਤੀ ਇਸ ਨੂੰ ਬਿਆਨ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ ਸੋ ਇਸ ਦਾ ਅਰਥ ਵਿਸਤਾਰ ਹੋ ਗਿਆ ਉਸ ਤੋਂ ਬਾਅਦ ਨੈਕਸਟ ਸਰ ਕੋ ਜਿਹੜਾ ਆਂਦਾ ਹੈ ਅਰਥ ਸੰਕੋਚ ਆਂਦਾ ਹੈ ਕਿ ਜਦੋਂ ਕੋਈ ਅਰਥ ਆਪਣੇ ਪਹਿਲੇ ਜਿਹੜੇ ਅਰਥ ਛੱਡ ਕੇ ਕੋਈ ਹੋਰ ਅਰਥ ਧਾਰਨ ਕਰ ਲਵੇ ਤਾਂ ਉਸ ਅਰਥ ਦੀ ਪ੍ਰਸਿੱਧੀ ਤੇ ਨਿਰਭਰ ਕਰਦਾ ਹੈ ਕਿ ਮਤਲਬ ਜੋ ਉਸ ਦਾ ਰੀਅਲ ਅਰਥ ਹੈ ਉਸ ਨੂੰ ਛੱਡ ਕੇ ਉਹ ਕੋਈ ਹੋਰ ਅਰਥ ਜਦੋਂ ਅਪਣਾ ਲੈਂਦਾ ਹੈ ਪਹਿਲੇ ਦੇ ਵਿੱਚ ਤਾਂ ਉਸ ਦਾ ਵਿਸਥਾਰ ਹੋ ਗਿਆ ਸੀ ਉਸ ਤੇ ਵਿੱਚ ਚੇਂਜ ਨਹੀਂ ਆਇਆ ਸੈਕਿੰਡ ਦੇ ਵਿੱਚ ਕੀ ਹੈਗਾ ਵਾ ਜਦੋਂ ਉਸ ਦੇ ਅਰਥ ਵਿੱਚ ਕੀ ਹੈ ਉਹ ਛੱਡ ਦਿੰਦਾ ਆਪਣਾ ਰੀਅਲ ਅਰਥ ਤੇ ਦੂਸਰਾ ਅਰਥ ਧਾਰਨ ਕਰਦਾ ਹੈ ਕਈ ਵਾਰ ਇਹ ਅਰਥ ਸੰਕੋਚ ਵਾਲਾ ਵੱਧਦਾ ਹੈ ਜਿਵੇਂ ਪਵਿੱਤਰ ਸ਼ਬਦ ਦੇ ਕਈ ਅਰਥ ਆ ਜਾਂਦੇ ਨੇ ਪਰ ਅੱਜਕੱਲ੍ਹ ਜਿਦੇ ਵਰਤੋਂ ਵਾਸਤੇ ਅਸੀਂ ਹੋਲੀ ਤਾਂ ਕਿ ਹੀ ਸੰਗੂਚਿਤ ਹੋ ਚੁੱਕੇ ਹਾਂ ਮਤਲਬ ਕਿ ਜਿਹੜਾ ਪਵਿੱਤਰ ਸ਼ਬਦ ਸੀ ਉਹ ਕਾਫੀ ਜ਼ਿਆਦਾ ਏਰੀਆ ਕਵਰ ਕਰਦਾ ਸੀ ਪਹਿਲਾਂ ਹੁਣ ਕੀ ਹੈ ਇਹ ਸਿਰਫ ਹੌਲੀ ਤੱਕ ਹੀ ਇਸ ਨੂੰ ਅਸੀਂ ਸੰਕੁਚਿਤ ਕਰਕੇ ਰੱਖ ਦਿੱਤਾ ਹੈ ਇਹ ਅੱਗੇ ਤੋਂ ਅੱਗੇ ਪ੍ਰਕਿਰਿਆ ਵਿੱਚ ਵੀ ਚੱਲਦਾ ਰਹਿੰਦਾ ਹੈ ਕਿ ਇਸ ਤੋਂ ਅੱਗੇ ਵੀ ਹੌਲੀ ਤੋਂ ਵੀ ਅੱਗੇ ਜਿਹੜੀ ਇਹ ਅਰਥ ਉਸ ਦਾ ਸੰਕੋਚ ਹੋਈ ਜਾਂਦਾ ਹੈ ਸੋ ਏਸੀ ਅੱਜ ਦਾ ਟੌਪਿਕ ਅਰਥ ਵਿਕਾਸ ਦੀਆਂ ਦਿਸ਼ਾਵਾਂ ਬਾਕੀ ਜਿਹੜਾ ਹੋਣਗੇ ਨੈਕਸਟ ਦੇ ਵਿੱਚ ਵੀਡੀਓ ਜ਼ਰੂਰ ਦੇਖੋ ਥੈਂਕ ਯੂ